ਸੱਟ ਸੁੱਟ ਜਾਇਜ਼ ਤੇ ਨੀ ਬੱਚੀ ਪਰਿਵਾਰ ਬਾਦਲ ਹੈਗਾ ਜੀ ਮੈਨੀ ਨਿਗਾਹ ਪੈ ਗਈ ਨਾ ਜਦੋਂ ਰੱਖਿਆ ਹੋਇਆ ਪਿੱਛੇ ਮੈਂ ਕਿਹਾ ਯਾਰ ਕੁੱਟੀ ਕਰਦਾ ਰਿਹਾ ਮੈਂ ਇੱਧਰ ਪੱਟੀ ਪੱਟੀ ਹੈਗੀ ਪੱਟੀ ਦਿਓ ਡਾਕਟਰ ਕਰੂਗਾ ਡਾਕਟਰ ਸਾਫ਼ ਕਰੂਗਾ ਚਕਮ ਪੱਟੀ ਬੰਦ ਗੱਡੀ ਬਣਾਓ ਗੱਡੀ ਆ ਗਈ ਗੱਡੀ ਆ ਗਈ ਬਣੋ ਗੱਡੀ ਹੈਗੀ ਗੱਡੀ ਚਲਾ ਕੇ ਆਪਾਂ ਭੇਜ ਦੇਣਾ ਪੱਟੀ ਕਰਕੇ ਨਾ ਫਸਟ ਏਡ ਦੀ ਹੁਣ ਕਰ ਦੇ ਉੱਤੇ ਠੀਕ
ਠੀਕ ਹੈ, ਬਹਾਦੁਰ ਲੜਕੇ ਹੈ ਨਾ, ਇਹ ਤਾਂ ਬਹੁਤ ਸਾਰੀ ਬਹਾਦੁਰ ਲੜਕੀ ਹੈ। ਹੈਲੋ ਚਲੋ ਮੋਟਰਸਾਈਕਲ ਵਗੈਰਾ ਕੋਈ ਨੀ ਕੋਈ ਨੀ, ਮੁਲਾਜ਼ਮ ਹੈ ਕਿ ਸਮਾਨ ਹਾਂ ਗੁੱਡ ਈਵਨਿੰਗ ਡੀ ਸੀ ਸਾਹਿਬ, ਯੂ ਨੋ ਦੇ ਇਹ ਕਾਲ ਚੜ੍ਹਾਣੀ ਅਤੇ ਬਾਦਲ ਪਿੰਡ ਦੇ ਵਿੱਚ ਆਊਟਸਾਈਡ ਕਾਲ ਚੜ੍ਹਾਣੀ ਜਿਹੜਾ ਰਸਤੇ 'ਚ ਮਾਲਵਾ ਪੈਲੇਸ ਹੈਗਾ, ਆਊਟਸਾਈਡ ਦੈਟ ਸੜਕ ਮੈਂ ਇਤਨਾ ਬੜਾ ਰੋਜ਼ ਇੱਥੇ ਐਕਸੀਡੈਂਟ ਹੋ ਰਿਹਾ, ਨਾਓ ਆਲਸੋ ਸਟੋਪਡ ਔਨ ਦਾ ਰੋਡ, ਵਨ ਪੂਅਰ ਫੈਮਿਲੀ ਔਨ ਅ ਸਕੂਟਰ, ਦਾ ਫਾਦਰ ਇਜ਼ ਵੂਨਡਡ, ਦਾ ਮਦਰ ਇਜ਼ ਵੂਨਡਡ ਐਂਡ ਥ੍ਰੀ ਸਮਾਲ ਚਿਲਡਰਨ, ਔਲ ਹੈਵ ਗਾਟ ਵੂਨਡ ਐਂਡ ਜਸਟ ਟੇਕਿੰਗ ਦੈਮ ਟੂ ਬਠਿੰਡਾ ਬਾਦਲ ਹਸਪੀਟਲ। Coming down tomorrow, every day there's an accident here. Kal Chadhani, and there's a marriage palace called Malwa Marriage Palace. And there is a big toa in the sadak. It's so deep that at night when you can't see it, every motorcycle is having an accident. I can even take a picture and WhatsApp it to you. Haan, kal isko zarur karayega. Thank you. Kal karaoge? Thanks. ਮੈਡਮ ਕੀ ਸੀ ਇੱਥੇ ਸੜਕ 'ਚ ਇੰਨੇ ਵੱਡੇ ਵੱਡੇ ਟੋਏ ਹੋ ਗਏ ਨੇ, ਇਹ ਸਰਕਾਰ ਪਤਾ ਨਹੀਂ ਸੁੱਤੀ ਪਈ ਹੈ ਕੀ ਹੈਗੀ, ਪਹਿਲੇ ਪੈਚਵਰਕ ਦੀ ਕੰਮ ਹੀ ਕਰਦੇ, ਸੜਕ ਤਾਂ ਕੀ ਇਹਨਾਂ ਨੇ ਬਣਾਉਣੀ ਹੈ। ਰੋਜ਼ ਇੱਥੇ ਕਾਲਚੜਾਣੀ ਦੇ ਬਾਅਦ ਮੈਰਿਜ ਦੇ ਪੈਲਸ ਦੇ ਬਾਹਰ ਮੈਨੂੰ ਦੱਸਦੇ ਨੇ ਰੋਜ਼ ਇੱਥੇ ਇੱਕ ਐਕਸੀਡੈਂਟ ਹੁੰਦਾ ਹੈ। ਅੱਜ ਵੀ ਸ਼ਾਮ ਨੂੰ ਇੱਕ ਵਿਚਾਰਾ ਗਰੀਬ ਪਰਿਵਾਰ ਮੋਟਰਸਾਈਕਲ 'ਚ ਜਿਹਨਾਂ ਹਨੇਰੇ 'ਚ ਨਹੀਂ ਦੇਖਿਆ, ਘਰਵਾਲੀ ਦੀ ਵੀ ਸੱਟ ਲੱਗ ਗਈ, ਘਰਵਾਲੇ ਦੇ ਵੀ ਸਿਰ 'ਚ ਤਿੰਨੋਂ ਬੱਚੇ ਉਹਨਾਂ ਕਿਸੇ ਦੇ ਸਿਰ 'ਤੇ ਕਿਸੇ ਦੇ ਲੱਤ 'ਤੇ, ਰੋਜ਼ ਇਹ ਹੋ ਰਿਹਾ ਅਤੇ ਇਹ ਸੜਕ 'ਚ ਰਿਪੇਅਰ ਹੁੰਦੀ ਅਤੇ ਇਹੋ ਜਿਹੇ ਟੋਏ ਕਦੇ ਹੋਣ ਨਹੀਂ ਦਿੰਦੇ ਸੀ ਆਪਾਂ। ਮੈਂ ਹੈਰਾਨ ਹਾਂ ਕਿ ਇਸ ਰਸਤੇ ਤੋਂ ਵਿੱਤ ਮੰਤਰੀ ਦਾ ਘਰ ਦਾ ਰਸਤਾ ਹੈਗਾ, ਇੰਨਾ ਕੁਛ ਵੀ ਨਹੀਂ ਦੇਖ ਸਕਦੇ ਕਿ ਪਬਲਿਕ ਵਾਸਤੇ ਆਹ ਠੀਕ ਕਰੇ, ਕਿਸੇ ਦੀ ਜਾਨ ਬਚ ਜਾਏ। ਰੋਜ਼ ਹਾਦਸੇ ਹੋ ਰਹੇ ਨੇ, ਹੁਣ ਡੀਸੀ ਨੂੰ ਫੋਨ ਕਰਕੇ ਕਿਹਾ ਕਿ ਕੱਲ੍ਹ ਸਵੇਰੇ ਤਾਂ ਇਹ ਟੋਇਆ ਭਰਵਾਇਆ ਜਾਏ ਤਾਂ ਕਿ ਇਹੋ ਜਿਹੇ ਹਾਦਸੇ ਬੰਦ ਹੋਣ। ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਨੂੰ ਵੀ ਅਪੀਲ ਕਰਦੀ ਹਾਂ ਕਿ ਮੁੱਖ ਮੰਤਰੀ ਸਾਹਿਬ ਆਪਣੇ ਬਾਹਰ ਨਿਕਲੋ, ਆਪਣੇ ਮਹਿਲ ਤੋਂ ਜ਼ਮੀਨ 'ਚ ਉਤਰੋ, ਸੜਕਾਂ 'ਚ ਜਾਓ ਅਤੇ ਲੋਕਾਂ ਦਾ ਹਾਲ ਦੇਖੋ।